ਗੁਰੂ ਰਾਮਦਾਸ ਮਹਾਰਾਜ ਜੀ ਦੇ ਹੋਸਪਿਟਲ ਦੇ ਸਾਹਮਣੇ ਬਿਲਕੁਲ ਗਲੀ ਦੇ ਵਿੱਚੋਂ ਬਹੁਤ ਮਾੜੇ ਹਾਲਾਤਾਂ 'ਚ ਨਰਕ ਕੱਟ ਰਿਹਾ ਸੀ, ਥੱਲੇ ਹੀ ਪਿਆ ਸੀ ਜ਼ਮੀਨ 'ਤੇ। ਇਹਦੇ ਵਿੱਚ ਕਿਹਨੂੰ ਦੋਸ਼ੀ ਮੰਨਦਾ ਬਾਈ ਤੂੰ? ਰੱਬ ਹੀ ਦੋਸ਼ੀ ਆ, ਕੀ ਫਾਇਦਾ ਉਹਨਾਂ ਵੰਡਿਆਂ ਦਾ, ਚੀਜ਼ਾਂ ਦਾ, ਜਿਹੜੀਆਂ ਆਪਦੇ ਨਹੀਂ ਫਿਰ ਮੁੜ ਕੇ ਕਿਤੇ ਕੰਮ ਆਈ। ਅੱਜ ਦੇ ਸਮੇਂ ਦੇ ਵਿੱਚ ਤੂੰ ਦੁਨੀਆਂ ਦੇ ਵੱਲ ਝਾਤ ਮਾਰੇ ਅਤੇ ਆਪਦੇ ਵੱਲ ਝਾਤ ਮਾਰੇ, ਗਲਤ ਤਾਂ ਤੂੰ ਆਪ ਆ। ਬੱਚਿਆਂ ਨੂੰ ਵੀ ਟੁੱਟਿਆ ਬੈਠਾ ਤੇਰੀ ਈਗੋ ਨੇ, ਤੇਰੇ ਹੰਕਾਰ ਨੇ ਵੀ ਮੈਂ ਝੁਕਣਾ ਨਹੀਂ, ਮੈਂ ਨਹੀਂ ਪਿੱਛੇ ਹਟਣਾ। ਤਲਾਕ ਹੋ ਗਿਆ ਤੇਰਾ ਅਤੇ ਤੇਰੀ ਘਰਵਾਲੀ ਦਾ, ਹੋਜੂ ਮੂੰਹ ਮਟਾਵ ਤੁਹਾਡਾ ਹੋ ਗਿਆ ਦੋਨਾਂ ਦਾ, ਬੱਚਿਆਂ ਦਾ ਕੀ ਨਾ ਹੋਇਆ? ਇੰਨਾ ਵਧੀਆ ਮਕੈਨਿਕ ਸੀਗਾ ਪਰ ਇੰਨਾ ਵਧੀਆ ਇਨਸਾਨ ਨਹੀਂ ਬਣ ਸਕਿਆ। ਬਿਜਲੀ ਮਕੈਨਿਕ ਸੀ, ਮਾੜਾ ਮੋਟਾ ਆਪਣਾ ਕੰਮ ਕਰਕੇ, ਕੋਈ ਦੁਕਾਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਤੇ ਇਹ ਕੰਮ ਕੁੰਮ ਕਰਦਾ ਸੀ। ਇਹ ਜਿੱਥੇ ਲੰਮਾ ਪਿਆ ਵਾ, ਇਹਦੇ ਕੋਈ ਦੂਰ ਨੇੜੇ ਦੇ ਰਿਸ਼ਤੇਦਾਰ ਨੇ, ਇਹ ਮਕਾਨ ਉਹਨਾਂ ਦਾ, ਉਹ ਬਾਹਰਲੇ ਦੇਸ਼ ਗਏ ਆ ਤੇ ਇਹਨੂੰ ਰਹਿਣ ਲਈ ਉਹਨਾਂ ਨੇ ਮਾੜਾ ਮੋਟ ਦਿੱਤਾ ਵਾ ਵੀ ਤੂੰ ਇੱਥੇ ਇਹਦੇ ਰਹਿ ਜਾ ਕਰੀ, ਠੀਕ ਹੈ ਜੀ, ਇੱਥੇ ਰਹਿ ਰਿਹਾ। ਕੋਈ ਆਦਮੀ ਇਹਨੂੰ ਇਹ ਕਹਿ ਕੇ ਲੈ ਗਿਆ ਵੀ ਸ਼੍ਰੀਨਗਰ ਉੱਥੇ ਕੰਮ ਹੈਗਾ ਬਿਜਲੀ ਮਕੈਨਿਕੀ ਦਾ ਤੇ ਤੂੰ ਚੱਲ। ਅੱਛਾ ਜੀ। ਉੱਥੇ ਇਹ ਕਿਤੇ ਪੌੜੀ ਉਤਰਨ ਲੱਗਾ ਤੇ ਇਹਦਾ ਚੂੜਾ ਟੁੱਟ ਗਿਆ। ਉਹ ਆਦਮੀ ਇਹਨੂੰ ਕੰਮ ਲਈ ਤੇ ਉਹਨੇ ਵਰਤ ਲਿਆ, ਲੇਕਿਨ ਉੱਥੋਂ ਇਹਨੂੰ ਗੱਡੀ ਤੇ ਬਿਠਾਇਆ ਤੇ ਇੱਥੇ ਲੰਮੇ ਪਾ ਗਿਆ, ਠੀਕ ਹੈ ਜੀ। ਇਹਦਾ ਮੈਨੂੰ ਨਹੀਂ ਸੀ ਪਤਾ ਵੀ ਇਹ ਕਿੱਥੇ ਆ। ਇੱਥੇ ਇੱਕ ਭਾਂਡਿਆਂ ਵਾਲੀ ਦੁਕਾਨ ਵਾ ਤੇ ਜਦੋਂ ਮੈਂ ਕੋਈ ਗੱਲ ਕਰਨੀ ਹੋਵੇ ਮੈਂ ਉਹਨੂੰ ਪੁੱਛਦਾ ਹੁੰਦਾ ਵੀ ਤੂੰ ਬਿੱਟੂ ਨੂੰ ਨਹੀਂ ਵੇਖਿਆ? ਉਹਨੇ ਮੈਨੂੰ ਦੱਸਿਆ ਵੀ ਭਾਜੀ ਬਿੱਟੂ ਤੇ ਮਹੀਨਾ ਹੋ ਗਿਆ ਵਾ ਇੱਥੇ, ਉਹਦਾ ਚੂਲਾ ਟੁੱਟਾ ਤੇ ਲੰਮਾ ਪਿਆ ਵਾ। ਮੈਂ ਫਿਰ ਇੱਥੇ ਅੜ ਕੇ ਇਹਨੂੰ ਵੇਖਿਆ ਇਹਨੂੰ ਇਹਦਾ ਚੂਲਾ ਟੁੱਟਾ ਵਾ ਤੇ ਇਹਦੀ ਹਾਲਤ ਇਹ ਆ ਵੀ ਨਾ ਤਾਂ ਇਹਦੇ ਕੋਲ ਕੋਈ ਰੋਟੀ ਦਾ ਪ੍ਰਬੰਧ ਵਾ, ਨਾ ਇਹਦੇ ਕੋਲ ਕੋਈ ਸਾਂਭਣ ਵਾਲਾ ਵਾ। ਬਾਕੀ ਵੀਡੀਓ ਤੁਸੀਂ ਬਣਾ ਕੇ ਦੇਖ ਲਈ ਆ। ਮੈਂ ਬਾਬੇ ਦੀਪ ਸਿੰਘ ਦੇ ਗੁਰਦੁਆਰੇ ਮੱਥਾ ਟੇਕਣ ਜਾਂਦਾ 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 ਵੇਖ ਜਾਂਦਾ ਹਾਂ ਵੀ ਸ਼ਾਇਦ ਕੋਈ ਇਹਦੀ ਮਦਦ ਕਰੇ। ਜਦੋਂ ਮੈਂ ਵੇਖਿਆ ਵਾ ਵੀ ਕਿਸੇ ਬੰਨੇ ਵੀ ਕੋਈ ਆਦਮੀ ਮਦਦ ਨਹੀਂ ਕਰਦਾ ਤੇ ਮੈਂ ਫਿਰ ਕੋਈ ਸੰਸਥਾ ਲੱਭੀ ਆ ਵੀ ਜਿਹੜੀ ਇਹਦੀ ਮਦਦ ਕਰ ਦੇਵੇ ਤੇ ਜਿਹੜਾ ਇਸ ਗਰੀਬ ਆਦਮੀ ਦਾ ਭਲਾ ਹੋ ਜਾਵੇ। ਬੈਠ ਜਾਂਦਾ, ਬੈਠ ਜਾ ਦੋ ਮਿੰਟ ਹੋ ਬਾਈ। ਹਾਂਜੀ ਸਰ। ਜਦੋਂ ਤੁਰਦੇ ਸੀ ਕਹਿੰਦੇ ਆਵਾਜ਼ ਬਿੱਟੂ ਦੀ ਆਉਂਦੀ ਸੀ ਤੇ ਅੱਜ ਵਕਤ ਕਿਧਰ ਨੂੰ ਲੈ ਗਿਆ ਬਿੱਟੂ ਬਾਈ? ਇਹਦੇ ਵਿੱਚ ਕਿਹਨੂੰ ਦੋਸ਼ੀ ਮੰਨਦਾ ਬਾਈ ਤੂੰ? ਰੱਬ ਹੀ ਦੋਸ਼ੀ ਆ, ਮੁਕੱਦਰ ਵੀ ਤਾਂ ਆਪਾਂ ਹੀ ਪੈਸੇ ਕਮਾਉਣ ਹੀ ਗਿਆ। ਮੈਨੂੰ ਕੀ ਪਤਾ ਸੀ ਵੀ ਸੱਟੀ ਲੱਗ ਜਾਣੀ, ਮੈਂ ਇਸ ਤਰ੍ਹਾਂ ਹੋ ਜਾਣਾ। ਪਰ ਗੱਲ ਇੱਕ ਇਹ ਆ ਬਾਈ, ਹਰ ਬੰਦਾ ਇੱਥੇ ਖੜੇ ਨੇ, ਸਾਰੇ ਬੰਦੇ, ਹਰ ਬੰਦਾ ਅੱਜ ਦੇ ਸਮੇਂ ਸਿਆਣਾ ਵੀ ਜੇ ਕੋਈ ਘਰ 'ਚ ਭਾਣਾ ਵਰਤ ਗਿਆ ਬੰਦਾ ਬੈਕਅਪ ਰੱਖਦਾ, ਬੰਦਾ ਪਿੱਛੇ ਕੋਈ ਨਾ ਕੋਈ ਜਾਂ ਤਾਂ ਕਿਸੇ ਦੇ ਇੰਨਾ ਕੁ ਕੰਮ ਆਉਂਦਾ ਵੀ ਉਹਨੂੰ ਐਂ ਲੱਗਦਾ ਵੀ ਜਦੋਂ ਕਿਤੇ ਮੈਨੂੰ ਦਿੱਕਤ ਆਊ ਆ ਮੇਰੇ ਕੰਮ ਆਜੂਗਾ, ਅਤੇ ਜਾਂ ਫਿਰ ਇੰਨੇ ਕੁ ਪੈਸੇ ਸਾਂਭ ਕੇ ਰੱਖਦਾ ਬੰਦਾ ਵੀ ਯਾਰ ਜੇ ਕਿਤੇ ਲੋੜ ਪਊਗੀ ਮੇਰੇ ਕੋਲ ਇੰਨੇ ਕੁ ਪੈਸੇ ਹੋਣ ਕਿਤੇ ਵਕਤ ਪਏ ਤਾਂ ਮੇਰੇ ਕੰਮ ਆ ਜਾਣਗੇ। ਤੇਰੇ ਕੋਲ ਦੋਨੋਂ ਚੀਜ਼ਾਂ ਨਹੀਂ ਬਚੀਆਂ, ਚਲ ਦੋਨਾਂ ਨੂੰ ਵੀ ਛੱਡਦੇ, ਇੱਕ ਤੀਜੀ ਹੋਰ ਹੁੰਦੀ ਆ ਵੀ ਰਿਸ਼ਤੇਦਾਰ ਹੁੰਦੇ ਆ ਜਿਨ੍ਹਾਂ ਦੇ ਨਾਲ ਬਣੀ ਹੁੰਦੀ ਹੈ ਮਾੜੀ ਮੋਟੀ, ਜਿਹੜੇ ਕਹਿੰਦੇ ਵੀ ਚੱਲ ਯਾਰ ਇਹ ਮੇਰਾ ਖੂਨ ਆ, ਠੀਕ ਆ। ਕੋਈ ਦੋਸਤ ਵੀ ਨਹੀਂ ਬਣਾਇਆ? ਕੋਈ ਦੋਸਤ ਨਹੀਂ ਆਪਣਾ, ਮੈਂ ਦੋਸਤੀ ਕਰਦਾ ਹੀ ਨਹੀਂ ਕਿਸੇ, ਠੀਕ ਆ ਬਾਈ। ਕੋਈ ਪੈਸਾ ਵੀ ਨਹੀਂ ਕਮਾਇਆ? ਨਹੀਂ ਪੈਸੇ ਕਮਾਏ ਪਰ ਰੋਟੀ ਜੋਗਾ ਹੀ ਕਮਾਏ ਬਸ। ਨਹੀਂ ਸਰਦਾਰਾ, ਐ ਨਾ ਕਹਿ, ਭਾਜੀ ਦੇ ਘਰ ਕੰਮ ਕਰਦਾ ਰਿਹਾ ਆਪਣੇ ਸਰਦਾਰ ਉਹਨਾਂ ਦੇ, ਇੱਥੇ ਯੂਪੀ ਬਿਹਾਰ ਤੋਂ ਆ ਕੇ ਬਾਈ ਕੋਠੀਆਂ ਪਾਈ ਬੈਠੇ ਬੰਦੇ। ਮੈਂ ਕਹਿੰਦਾ ਭਾਜੀ ਮੈਂ ਪੈਸੇ ਨਹੀਂ ਲੈਣੇ ਇਹਨਾਂ ਦੇ, ਬਦੋ ਬਦੀ ਤੇ ਫਿਰ ਅੱਜ ਕੀ ਕਹਿ ਰਿਹਾ? ਫਿਰ ਬਦੋ ਬਦੀ ਮੇਰੀ ਜੇਬ ਦੇ ਵਿੱਚ ਅੱਜ ਉਹਨਾਂ ਦੀ ਸੁਣ ਲੈ ਫਿਰ ਕੀ ਕਹਿ ਰਿਹਾ ਤੈਨੂੰ? ਨਹੀਂ ਮੰਗਦਾ ਜੀ, ਇਹਨੇ ਕਦੇ ਨਹੀਂ ਪੈਸੇ ਮੰਗੇ, ਆਪ ਮੈਂ ਦੇ ਦੇਵਾਂ ਜਾਂ ਨਾ ਦੇ ਦੇਵਾਂ ਇਹਨੇ ਨਹੀਂ ਮੰਗੇ ਕਰਦਾ। ਹੁਣ ਲੰਮਾ ਪਿਆ ਵੀ ਜੇ ਮੈਂ ਦਿੰਦਾ ਤੇ ਕਿੱਦਾਂ ਰਹਿਣ ਦੇ? ਹਾਲਾਂਕਿ ਇਹਦੇ ਕੋਲ ਕੁਛ ਨਹੀਂ ਹੈਗਾ, ਰੋਟੀ ਜੋਗੇ ਵੀ ਨਹੀਂ ਹੈਗਾ, ਫਿਰ ਵੀ ਆਉਂਦਾ ਨਹੀਂ। ਇੱਕ ਭਿਖਾਰੀ ਕੋਲ ਗਿਆ ਮੈਂ, ਉਹਨੂੰ 500 ਦਾ ਨੋਟ ਦੇ ਦਿੱਤਾ ਮੈਂ,
ਉਹਨੇ ਮੈਨੂੰ ਮੋੜਤਾ ਵਾਪਸ। ਉਹ ਕਹਿੰਦਾ ਮੈਂ ਵੀ ਐਂ ਬਣਦਾ ਹੁੰਦਾ ਸੀ। ਮੈਨੂੰ ਬਾਅਦ 'ਚ ਸਮਝ ਆਈ ਇਹ ਗੱਲ ਦੀ, ਵੈਸੇ ਮੇਰੇ ਨਾਲ ਨਹੀਂ ਹੋਈ ਗੱਲ, ਮੈਂ ਸੁਣੀ ਹੈ ਕਿਤੋਂ। ਇਹ ਲਾ ਕੇ ਦੇਖੋ ਆਪਦੇ 'ਤੇ ਕੀ ਫਾਇਦਾ ਉਹਨਾਂ ਵੰਡਿਆਂ ਦਾ, ਚੀਜ਼ਾਂ ਦਾ, ਜਿਹੜੀਆਂ ਆਪਦੀ ਨਹੀਂ ਫਿਰ ਮੁੜ ਕੇ ਕਿਤੇ ਕੰਮ ਆਈ। ਹੁਣ ਆਹ ਗੱਲ ਨੂੰ ਕੀ ਆਪਾਂ ਚਾਰ ਪਾ ਲਾਂਗੇ ਵੀ ਬਿੱਟੂ ਪੈਸੇ ਨਹੀਂ ਸੀ ਲੈਂਦਾ ਵੀ ਕਿਸੇ। ਬਿੱਟੂ ਦਿਲ ਦਾ ਬੜਾ ਤਕੜਾ ਸੀ। ਜਦੋਂ ਤੂੰ ਉੱਥੇ ਪਿਆ ਸੀ ਫਰਸ਼ ਦੇ ਉੱਤੇ, ਤੈਨੂੰ ਉਦੋਂ ਯਾਦ ਆ ਰਹੀਆਂ ਸੀ ਗੱਲਾਂ ਸਾਰੀਆਂ? ਫਿਰ ਬਿੱਟੂ ਬਾਈ ਯਾਰ, ਅੱਜ ਦੇ ਸਮੇਂ ਦੇ ਵਿੱਚ ਜਿੱਥੇ ਦੁਨੀਆਂ 'ਤੇ ਵੱਲ ਝਾਤ ਮਾਰੇ ਅਤੇ ਆਪਦੇ ਵੱਲ ਝਾਤ ਮਾਰੇ, ਗਲਤ ਤਾਂ ਤੂੰ ਆਪ ਆ, ਕੋਈ ਹੋਰ ਨਹੀਂ ਹੈਗਾ। ਬੱਚਿਆਂ ਨਾਲੋਂ ਵੀ ਟੁੱਟਿਆ ਬੈਠਾ ਤੇਰੀ ਈਗੋ ਨੇ, ਤੇਰੇ ਹੰਕਾਰ ਨੇ ਵੀ ਮੈਂ ਝੁਕਣਾ ਨਹੀਂ, ਮੈਂ ਨਹੀਂ ਪਿੱਛੇ ਹਟਣਾ। ਤਲਾਕ ਹੋ ਗਿਆ ਤੇਰਾ ਅਤੇ ਤੇਰੀ ਘਰਵਾਲੀ ਦਾ ਹੋਜੂ, ਮੂੰਹ ਮਟਾਵ ਤੁਹਾਡਾ ਹੋ ਗਿਆ ਦੋਨਾਂ ਦਾ, ਬੱਚਿਆਂ ਦਾ ਕੀ ਨਾ ਹੋਇਆ? ਉਹ ਤਾਂ ਤੀਜੇ ਥਾਂ ਬੈਠੇ ਬਗਾਨਾ, ਤੁਹਾਨੂੰ ਲੱਗਦਾ ਉਹਨੂੰ ਪਿਓ ਦਾ ਪਿਆਰ ਮਿਲਦਾ ਹੋਊ ਬੱਚਿਆਂ ਨੂੰ ਉੱਥੇ? ਫਿਰ ਕਾਹਤੋਂ ਨਹੀਂ ਗਿਆ ਪਿੱਛੇ ਮੁੜ ਕੇ ਬਾਈ? ਬੱਚਿਆਂ ਖਾਤਰ ਤਾਂ ਜਾਂਦਾ ਤੂੰ, ਘਰਵਾਲੀ ਨੂੰ ਛੱਡ ਦੇ, ਬੱਚਿਆਂ ਨੂੰ ਤਾਂ ਮਿਲ ਕੇ ਆਉਂਦਾ ਜਾ ਕੇ। ਕੋਈ ਮਾਂ ਵੱਲ ਨਹੀਂ ਹੁੰਦੇ ਭਰਾਵਾ, ਪਿਆਰ ਦੇ ਆ ਬੱਚੇ ਦਾ। ਕਿਹੜੇ ਕਿਹੜੇ ਸੀ ਜਦੋਂ ਅੱਡ ਹੋਇਆ? ਫਿਰ ਉਹਨਾਂ ਨੂੰ ਯਾਦ ਵੀ ਨਹੀਂ ਹੋਣਾ ਪਿਓਰੀ ਸ਼ਕਲ ਕਿਹੋ ਜਿਹੀ ਸਾਡੇ ਦੀ। ਕਿੱਡੇ ਕਿੱਡੇ ਸੀ ਮੋਹਿਤ ਪੁੱਛਿਆ ਤੈਨੂੰ? 5-7 ਸਾਲ ਦੇ। 5-7 ਸਾਲ ਦੇ ਬੱਚੇ ਦਾ ਵੀਰੇ ਕਿੰਨੀ ਕੁ ਯਾਦ ਤੈਨੂੰ? 5 ਸਾਲ ਦੇ ਜਦੋਂ ਤੂੰ 5 ਸਾਲ ਦਾ ਸੀ, ਕਿੰਨੀ ਗੱਲ ਯਾਦ ਆ ਤੈਨੂੰ? ਬਿੱਟੂ ਵੀਰੇ, ਗੱਲ ਇਲਾਜ ਦੀ ਨਹੀਂ, ਗੱਲ ਸੱਟ ਦੀ ਨਹੀਂ, ਗੱਲ ਤਾਂ ਅਸੀਂ ਸਾਡੇ ਲਈ ਤਾਂ ਤੂੰ ਰੱਬ ਆ, ਗੁਰੂ ਰਾਮਦਾਸ ਦੇ ਘਰੋਂ ਆਇਆ ਬਾਈ, ਪ੍ਰਿੰਸ ਵੀਰੇ ਹੁਣੀ ਲੈ ਕੇ ਆਏ ਨੇ। ਮਹਾਰਾਜ ਕਿਰਪਾ ਕਰਨ, ਤੇਰਾ ਚੂਲਾ ਪੈ ਜਾਵੇ, ਪਰ ਸਾਲ ਲੱਗਣਾ ਇੱਕ ਪੂਰਾ, ਠੀਕ ਆ? ਸਾਡੇ ਕੋਲ ਜਿਹੜੇ ਬੰਦੇ ਤੇਰੇ ਅੱਗੇ ਆਉਂਦੇ ਆ ਨਾ, ਉਹ ਜਦੋਂ ਮਾੜਾ ਚੂਲਾ ਪੈਂਦਾ, ਡਾਕਟਰ ਕਹਿੰਦੇ ਹੁਣ ਤੋਰ ਕੇ ਦੇਖੋ, ਉਦੋਂ ਹੀ ਉਹ ਕਹਿੰਦੇ ਵੀ ਜਾਣਾ ਅਸੀਂ ਤਾਂ ਛੇਤੀ, ਉਦੋਂ ਹੀ ਕਹਿੰਦੇ ਵੀ ਤਾਂ ਛੇਤੀ ਜਾਣਾ। ਅਤੇ ਸਾਨੂੰ ਪਤਾ, ਮੈਂ ਹੁਣ ਉਹੀ ਦੱਸਦਾ ਹਟਿਆ ਵੀ ਕਿਵੇਂ ਫਿਰ ਮਿਹਨਤਾਂ ਕਰ ਕਰ ਰੱਖੀ ਦੇ ਆ, ਵੀ ਜੇ ਤਾਂ ਇਲਾਜ ਕਰਾਉਣਾ ਆ ਫਿਰ ਤਾਂ ਇਲਾਜ ਕਰਾਈ, ਜੇ ਤੂੰ ਸਿਰਫ ਟਾਈਮ ਕੱਢਣ ਆਇਆ ਵੀ ਚੱਲ ਮਹੀਨਾ 2 ਮਹੀਨੇ ਪਰਾੜ ਪਵਾਵਾਂਗੇ, ਭੱਜਾਂਗੇ, ਫਿਰ ਉੱਥੇ ਜਾ ਕੇ ਪਊਆ ਦੀਆਂ ਲਾਵਾਂਗੇ, ਫਿਰ ਹੁਣੇ ਮੁੜ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਕੁਲਵੀਰ ਸਿੰਘ, ਸਨ ਆਫ ਕੁਲਵੈਣ ਸਿੰਘ, ਬਾਈ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਆਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਹੋਸਪਿਟਲ ਦੇ ਸਾਹਮਣੇ ਬਿਲਕੁਲ ਗਲੀ ਦੇ ਵਿੱਚੋਂ। ਬਾਈ ਬਹੁਤ ਮਾੜੇ ਹਾਲਾਤਾਂ 'ਚ ਨਰਕ ਕੱਟ ਰਿਹਾ ਸੀ, ਥੱਲੇ ਹੀ ਪਿਆ ਸੀ ਜ਼ਮੀਨ 'ਤੇ, ਪਰ ਅੱਜ ਦਾ ਸਮਾਜ ਸਾਡਾ ਕਿੱਦਾਂ ਦਾ ਉਹ ਵੀ ਅਸੀਂ ਸਾਰੇ ਜਾਣਦੇ। ਪਰ ਇੱਥੇ ਧੰਨਵਾਦ ਆ ਬਾਈ ਹੁਣਾਂ ਦਾ, ਇੱਕ ਬਾਈ ਜੀ ਨੇ ਰਿਟਾਇਰ ਥਾਣੇਦਾਰ ਸਾਹਿਬ, SHO ਸਬ ਇੰਸਪੈਕਟਰ ਰਿਟਾਇਰ ਹੋਏ ਨੇ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਰਿਟਾਇਰ ਹੋਏ ਨੇ ਬਾਈ ਜੀ ਪੂਰਨ ਸਿੰਘ ਜੀ, ਇਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਹ ਬਿੱਟੂ ਵੀਰਾ ਇਹਦਾ ਨਾਂ, ਜਿਹਦਾ ਨਾਂ ਪੱਕਾ ਕੁਲਵੀਰ ਸਿੰਘ ਆ, ਇਹ ਬਿਜਲੀ ਦਾ ਕੰਮ ਕਰਦਾ ਸੀ, ਅਤੇ ਬਾਈ ਪੂਰਨ ਸਿੰਘ ਦੇ ਘਰ ਗਾਹੇ ਵਗਾਹੇ ਬਿਜਲੀ ਦਾ ਕੰਮ ਕਰਨ ਜਾਂਦਾ ਸੀ ਬਾਈ, ਜਿਹਦੇ ਕਰਕੇ ਬਾਈ ਪੂਰਨ ਸਿੰਘ ਇਹਨਾਂ ਨੂੰ ਜਾਣਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਿੱਟੂ ਕਿਤੇ ਕੰਮ ਕਰਨ ਗਿਆ, ਡਿੱਗ ਪਿਆ, ਚੂਲਾ ਟੁੱਟ ਗਿਆ, ਜਾ ਕੇ ਦੇਖਿਆ ਤਾਂ ਬਹੁਤ ਮਾੜੀ ਹਾਲਤ 'ਚ ਪਏ। ਫਿਰ ਆਪਣੇ ਘਰ ਆ ਕੇ ਗੱਲ ਕੀਤੀ ਪੂਰਨ ਸਿੰਘ ਜੀ ਨੇ, ਪਰਿਵਾਰ ਨੇ ਵੀ ਇਹੀ ਕਿਹਾ ਵੀ ਆਪਾਂ ਬਿੱਟੂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕਰੀਏ। ਤਾਂ ਫਿਰ ਬਾਈ ਜੀ ਹੋਸਪਿਟਲ ਗਏ, ਹੋਸਪਿਟਲ ਵਾਲਿਆਂ ਨੇ ਦੱਸਿਆ ਵੀ ਖਰਚਾ ਆਊਗਾ 1,00,000 ਰੁਪਇਆ, ਵੀ ਨਾਲ 2 ਬੰਦੇ ਚਾਹੀਦੇ ਆ ਵੀ ਜਿਹੜੇ ਉਹਦੀ ਕੇਅਰ ਕਰਨ। ਫਿਰ ਰੱਬ ਨੇ ਕਿਵੇਂ ਸਬੱਬ ਬਣਾਏ,
ਸਾਡਾ ਟੀਮ ਦਾ ਮੈਂਬਰ ਪ੍ਰਿੰਸ, ਸਾਡਾ ਛੋਟਾ ਭਾਈ, ਸਾਰੇ ਜਾਣਦੇ ਹੋ ਤੁਸੀਂ, ਗੁਰੂ ਰਾਮਦਾਸ ਮਹਾਰਾਜ ਦੇ ਨਗਰ ਤੋਂ ਸੇਵਾਦਾਰ ਆ, ਸਾਡੇ ਪਰਿਵਾਰ ਦਾ ਮੈਂਬਰ ਆ ਵੀਰ। ਤਾਂ ਫਿਰ ਇਹਨਾਂ ਨਾਲ ਸੰਪਰਕ ਹੋਇਆ ਪੂਰਨ ਸਿੰਘ ਜੀ ਦਾ, ਅਤੇ ਪ੍ਰਿੰਸ ਵੀਰੇ ਨੇ ਸਾਨੂੰ ਵੀਡੀਓ ਸਾਂਝੀ ਕੀਤੀ। ਤਾਂ ਫਿਰ ਕਈ ਦਿਨਾਂ ਤੋਂ ਸਾਡੀ ਗੱਲ ਚੱਲੀ ਜਾਂਦੀ ਸੀ, ਪਹਿਲਾਂ ਅਸੀਂ ਸੋਚਦੇ ਸੀ ਵੀ ਅਸੀਂ ਆਪ ਜਾ ਕੇ ਆਵਾਂਗੇ, ਪਰ ਗਰਮੀ ਕਾਰਨ ਪਿੱਛੇ ਬੱਚਿਆਂ ਦੇ ਪ੍ਰੋਗਰਾਮ ਚੱਲਦੇ ਸੀ, ਸਮਰ ਕੈਂਪ ਦੇ, ਅਸੀਂ ਨਹੀਂ ਜਾ ਸਕੇ। ਅੱਜ ਪ੍ਰਿੰਸ ਵੀਰਾ ਦੇ ਨਾਲ ਸਰਦਾਰ ਪੂਰਨ ਸਿੰਘ ਜੀ, ਹਰਪਿੰਦਰ ਸਿੰਘ ਬਾਈ ਜੀ ਅਤੇ ਨਾਲ ਬਾਈ ਜੀ ਸਾਰਥੀ ਗੱਡੀ ਲੈ ਕੇ ਆਏ ਨੇ, ਧਰਮਵੀਰ ਸਿੰਘ ਜੀ, ਅਤੇ ਇਹਨਾਂ ਦਾ ਸ਼ੁਕਰੀਆ ਬਾਈਆਂ ਦਾ, ਜਿਹੜੇ ਬਾਈ ਨੂੰ ਕੁਲਵੀਰ ਸਿੰਘ ਜੀ ਨੂੰ ਸਾਡੇ ਕੋਲ ਛੱਡ ਕੇ ਜਾ ਰਹੇ ਨੇ। ਬਾਈ ਜੀ ਦੀ ਹਾਲਤ ਉੱਥੇ ਬਹੁਤ ਮਾੜੀ ਸੀ, ਹੁਣ ਤਾਂ ਇਸ਼ਨਾਨ ਪਾਣੀ ਹੋਇਆ ਪਤਾ ਨਹੀਂ ਲੱਗਦਾ, ਪਰ ਵਕਤ ਦਾ ਵੀ ਪਤਾ ਨਹੀਂ ਲੱਗਦਾ। ਬਾਈ ਵਧੀਆ ਬਿਜਲੀ ਦਾ ਮਕੈਨਿਕ ਸੀ, 10-15 ਸਾਲ ਪਹਿਲਾਂ ਬੱਚਿਆਂ ਨਾਲੋਂ ਵਾਈਫ ਨਾਲੋਂ ਅਲੱਗ ਹੋ ਗਿਆ, ਵਾਈਫ ਨੇ ਆਪਣੀ ਜ਼ਿੰਦਗੀ ਅੱਗੇ ਵਧਾ ਲਈ, ਅੱਗੇ ਮੈਰਿਜ ਕਰਾ ਲਈ। ਇਹ ਉਦੋਂ ਦਾ ਹੀ ਜਿੰਨੇ ਕਮਾਉਂਦਾ ਸੀ ਉਨੇ ਕੁ ਬਸ ਖਾ ਲੈਂਦਾ ਸੀ ਬੰਦਾ, ਉਦੋਂ ਨਹੀਂ ਸੋਚਦਾ ਜਦੋਂ ਬੰਦੇ ਦੇ ਹੱਡ ਪੈਰ ਚੱਲਦੇ ਆ, ਉਦੋਂ ਬੰਦਾ ਪਿੱਛੇ ਭੌਂ ਕੇ ਨਹੀਂ ਦੇਖਦਾ ਜਦ ਤੱਕ ਸਾਹਮਣੇ ਰਸਤਾ ਦਿਖੀ ਜਾਂਦਾ। ਪਰ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਮੂਹਰਿਓਂ ਰਸਤਾ ਬੰਦ ਹੋ ਜਾਂਦਾ, ਤਾਂ ਫਿਰ ਪਿੱਛੇ ਵਾਲਾ ਰਸਤਾ ਵੀ ਸਾਨੂੰ ਨਜ਼ਰ ਆਉਣ ਹਟ ਜਾਂਦਾ। ਅੱਜ ਬਿੱਟੂ ਵੀਰੇ ਨਾਲ ਵੀ ਇਹੀ ਹੋਇਆ, ਜਿਹੜੇ ਹਾਲਾਤ ਬਿੱਟੂ ਵੀਰੇ ਦੀ ਜ਼ਿੰਦਗੀ ਦੇ ਅੱਜ ਬਣੇ ਆ, ਇੰਨਾ ਵਧੀਆ ਮਕੈਨਿਕ ਸੀਗਾ ਪਰ ਇੰਨਾ ਵਧੀਆ ਇਨਸਾਨ ਨਹੀਂ ਬਣ ਸਕਿਆ। ਅੱਜ ਨਲਾਂ ਦੇ ਵਿੱਚ ਬਾਈ ਦੇ ਟੈਸਟੀਕਲ ਦੇ ਵਿੱਚ ਪਾਣੀ ਭਰਿਆ ਹੋਇਆ, ਐਡੇ ਐਡੇ ਮੋਟੇ ਸਾਈਜ਼ ਹੋਏ ਪਏ ਆ ਨਲਾਂ ਦੇ, ਤਾਂ ਉਹ ਵੀ ਫਟਣ ਵਾਲੇ ਹੋਏ ਪਏ, ਅਤੇ ਚੂਲਾ ਇਸ ਲੱਤ ਦਾ ਟੁੱਟਿਆ ਹੋਇਆ ਵਾ, ਅਤੇ ਜਿਹੜਾ ਚੱਲ ਫਿਰ ਵੀ ਨਹੀਂ ਸਕਦਾ। ਬਿੱਟੂ ਅਰਦਾਸ ਕਰਿਓ ਕਿ ਵੀਰਾ ਠੀਕ ਹੋ ਕੇ, ਇਹ ਵੀਰਾ ਕਹਿੰਦਾ ਮੈਂ ਇੱਥੇ ਹੀ ਤੁਹਾਡੇ ਕੋਲ ਸੇਵਾ ਕਰਾਂਗਾ, ਬਿਜਲੀ ਦਾ ਮਕੈਨਿਕ ਆ ਵਧੀਆ, ਬਾਕੀ ਅੱਗੇ ਕਰਮ ਹੈ ਇਹਦੇ। ਬਾਈ ਤੁਹਾਡੇ ਭੈਣ ਭਰਾ ਨਹੀਂ ਹੈਗੇ ਕੋਈ? ਕਿੰਨੇ ਭਰਾ ਤੁਸੀਂ? ਭਰਾਵਾਂ ਦੀ ਦੋਨਾਂ ਦੀ ਪੰਜ ਭਰਾ ਸੀ, ਤਿੰਨ ਕੁ ਮਰ ਗਏ ਹੋਏ ਆ, ਦੋ ਹੈਗੇ ਆ, ਦੋ ਹੈਗੇ ਉਹ ਆਪੋ ਆਪਣੀਆਂ ਜਨਾਨੀਆਂ ਲੈ ਕੇ ਕੋਈ ਉਹਨਾਂ ਨਾਲ ਬੋਲਚਾਲ ਵੀ ਨਹੀਂ। ਕਿੱਥੇ ਰਹਿੰਦੇ ਆ? ਪਤਾ ਨਹੀਂ ਕਿਰਾਏ ਕਿਰਾਏ ਦੇ ਕਿਤੇ। ਤੁਹਾਡਾ ਜੱਦੀ ਪਿੰਡ ਕਿਹੜਾ? ਪਿੰਡ ਨਹੀਂ ਆਪਾਂ ਸ਼ਹਿਰ ਦੀ। ਹਾਂ ਕਿੱਥੋਂ ਨੂੰ ਜੱਦੀ? ਅੰਮ੍ਰਿਤਸਰ ਦੇ, ਦਰਬਾਰ ਦੇ ਲਾਗੇ। ਪਹਿਲਾਂ ਜੱਦੀ ਦਾਦੇ ਪੜਦਾਦੇ ਕਿੱਥੇ ਰਹਿੰਦੇ? ਪਿਓ ਦਾਦੇ ਵੀ ਇਸੇ ਘਰ ਸੀ ਜੰਮੇ ਪਲੇ ਪਿੱਛੋਂ। ਇਹ ਕਿੱਥੇ ਸੀ ਘਰ? ਇਹ ਆਪਣਾ ਦਰਬਾਰ ਸਾਹਿਬ ਸਰਾਂ ਦੇ ਲਾਗੇ। ਕਿਹੜੀ ਸਰਾਂ? ਗੁਰੂ ਰਾਮਦਾਸ ਜੀ ਉਹਦੇ ਬੈਕ ਸਾਈਡ 'ਤੇ ਨਾਲ ਮੇਨ ਸਰਾਂ 'ਤੇ। ਕਿਹੜਾ ਮਹੱਲਾ ਜੀ? ਗਲੀ ਚੂੜ ਸਿੰਘ। ਹੈਂ? ਗਲੀ ਚੂੜ ਸਿੰਘ। ਗਲੀ ਚੂੜ ਸਿੰਘ 'ਚ ਉੱਥੇ ਘਰ ਸੀ ਤੁਹਾਡਾ? ਪੁਰਾਣਾ ਜੱਦੀ ਜੱਦੀ ਘਰ ਉੱਥੇ। ਭਰਾ ਉੱਥੇ ਰਹਿੰਦਾ ਤੁਹਾਡਾ? ਗੱਜ ਜਗ੍ਹਾ ਸੀ ਸਾਰੀ ਵੰਡੀ ਵੁੰਡੀ ਗਈ, ਕਿਸੇ ਦੇ 20,000 ਆਇਆ, ਕਿਸੇ ਦੇ 30,000 ਆਇਆ, ਲੈ ਲੂਗੇ ਸਾਰੇ ਪਾਸੇ। ਤੁਹਾਡੀ ਮੈਰਿਜ ਕਿਹੜੇ ਪਿੰਡ ਹੋਈ? ਸ਼ਹਿਰ 'ਚ ਹੋਈ। ਕਿਹੜੇ ਮਹੱਲੇ 'ਚ? ਈਸਮੋ ਨਗਰ। ਹੈਂ? ਈਸਮੋ ਨਗਰ। ਈਸਮੋ ਨਗਰ। ਬੱਚੇ ਕਿੰਨੇ ਤੁਹਾਡੇ? ਦੋ ਬੇਟੀਆਂ ਇੱਕ ਬੇਟਾ। ਓਕੇ। ਬੇਟੀ ਵੱਡੀ ਹੈ ਕਿ ਬੇਟਾ? ਬੇਟੀਆਂ ਵੱਡੀਆਂ। ਕੀ ਨਾਮ ਵੱਡੀ ਦਾ? ਜਸਲੀਨ ਕੌਰ ਅਤੇ ਜਸਮੀਨ ਕੌਰ। ਅਤੇ ਬੇਟੇ ਦਾ? ਬੇਟੇ ਦਾ ਨਾਂ ਰਿਤਿਕ। ਰਿਤਿਕ, ਠੀਕ ਆ। ਕਿਹੜੇ ਸਾਲ 'ਚ ਵਿਆਹ ਹੋਇਆ ਸੀ ਬਾਈ? 1992 'ਚ। ਪੜ੍ਹੇ ਕਿੰਨੇ ਬਿੱਟੂ ਵੀਰੇ? ਭਾਅ ਜੀ ਮੈਟ੍ਰਿਕ ਕੀਤੀ। ਮੈਟ੍ਰਿਕ। ਇਹਦੀ ਇੱਕ ਗੱਲ ਹੋ ਰਿਹਾ, ਭਾਈ ਨੇ ਦੱਸੀ ਮੈਨੂੰ ਕਿ ਇਹਨਾਂ ਦੀ ਇੱਕ ਬੇਟੀ ਕਿਸੇ ਡਾਕਟਰ ਕੋਲ ਲੱਗੀ ਸੀ, ਉਹਨਾਂ ਨੇ ਕਿਤੋਂ ਲੱਭਿਆ, ਇਹ ਗਏ ਉਹਦੇ ਕੋਲ,
ਉਹ ਵੀ ਹੱਥ ਖੜੇ ਕਰ ਗਈ, ਮੈਂ ਕੁਛ ਨਹੀਂ ਕਰ ਸਕਦਾ। ਇਹਨਾਂ ਦੀ ਬੇਟੀ ਮਰਿਆ ਜੀ, ਮੈਂ ਮੈਨੂੰ ਪਤਾ ਲੱਗਾ ਨਾ ਵੀ ਇੱਕ ਬੇਟੀ ਇਹਦੀ ਹੈਗੀ ਕਿ ਡਾਕਟਰ ਕੋਲ ਲੱਗੀ, 10,000 ਰੁਪਇਆ ਦਿੰਦਾ ਕੋਈ ਉਹਨੂੰ ਡਾਕਟਰ। ਉਹ ਕਹਿੰਦੇ ਵੀ ਮੇਰੀ ਇੱਕ ਕੁੜੀ ਘਰ ਵਾਲਾ ਮੇਰਾ ਮਰਿਆ ਅਤੇ ਮੈਂ ਤਾਂ ਰੋਟੀ ਵੀ ਨਹੀਂ ਦੇ ਸਕਦਾ। ਮਤਲਬ ਮੈਂ ਵੇਖਿਆ ਜੀ ਕੋਈ ਬੇਟੀ ਨੇ ਵੀ ਮਦਦ ਨਹੀਂ ਕੀਤੀ, ਅਸੀਂ ਵੀ ਕਿਸੇ ਦੇ ਨਹੀਂ ਹੈਗੇ, ਮੈਂ ਨਹੀਂ ਕੁਛ ਕਰ ਸਕਦਾ। ਆਪਾਂ ਲੋਕਾਂ ਨੂੰ ਕਹਿੰਦੇ ਨਾ ਲੋਕ ਨਹੀਂ ਸਾਡੇ ਹੈਗੇ, ਮੈਂ ਤਾਂ ਅੰਦਾਜ਼ਾ ਲਾਉਣਾ ਅਸੀਂ ਵੀ ਕਿਸੇ ਦੇ ਨਹੀਂ ਹੈ। ਅਸੀਂ ਵੀ ਆਪਣੀਆਂ ਲੋੜਾਂ ਨਾਲ ਬੱਝੇ ਹਾਂ, ਜਦੋਂ ਲੋੜਾਂ ਚੱਲਦੀਆਂ ਠੀਕ ਚੱਲਦੀਆਂ, ਸਾਰੇ ਚੱਲਦੇ, ਜੇ ਨਹੀਂ ਚੱਲਦੇ ਕੁਛ ਨਹੀਂ। ਚਲੋ ਅਰਦਾਸ ਕਰਿਓ ਬਾਈ ਕੁਲਵੀਰ ਸਿੰਘ ਜੀ ਦਾ ਆਉਣ ਵਾਲਾ ਜੀਵਨ ਆ ਜਿਹੜਾ ਉਹ ਇੱਥੇ ਸੇਵਾ ਦੇ ਲੇਖੇ ਲੱਗ ਸਕੇ, ਆਪਣੀ ਜ਼ਿੰਦਗੀ ਆਪਣੇ ਪੈਰਾਂ ਸਿਰ ਹੋ ਕੇ ਬਤੀਤ ਕਰ ਸਕੇ, ਤਾਂ ਜੋ ਪ੍ਰਿੰਸ ਵੀਰੇ ਹੋਣਾ ਦਾ, ਪੂਰਨ ਸਿੰਘ ਬਾਈ ਜੀ ਹੋਣਾ ਦਾ, ਸਾਰਿਆਂ ਦਾ, ਇਹਨਾਂ ਦਾ ਕੀਤਾ ਹਰਪਿੰਦਰ ਹੋਣਾ ਦਾ ਉਪਰਾਲਾ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।